الرحمن الرحيم قلت الله احد الصمد بسم الله الرحمن الرحيم قلت الله احد الصمد برزق رزق دے بے اولادن اولاد دے بے ایمانن ایمان بے روزگارن روزگار عطا فرما حاضری نوکری قبول حاضرین دا دعایا قبول فرما جگہ مجلس پاک وچ گزریا سارا وقت عبادت دا شامل ذکر پاک صدقہ ساڈے چھوٹے بڑے گناہ معاف میرا اللہ محبت دے اہل بیت عطا فرما معرفت محمد و اہل بیت محمد عطا فرما میرا اللہ گنہ حسین علیہ السلام عطا فرما پاک فوج دے سپہ سالار دی محافظت فرما دہشت گرداں دی نسل عطا فرما قربانیاں مجلس نو اپنے عظیم مقصد دے تحت اس ساری نوکری نو پاکاں دے دربار وچ قبول و منظور فرما بانی مجلس نو دکھاں تکلیفاں مصیبتاں پریشانیاں تو محفوظ فرما ذکر پاک دا صدقہ نہ بستیاں نو آباد فرما وارث دا جلد ظہور فرما یا رب محمد و آل محمد صلی علی محمد و آل محمد واجل فرجا آل محمد بہت سونی سلوات سلوات
बहुत काबिल कबूल ते बड़ी रूहानियत है पाक महफिल।
ਰੋਣ ਵਾਲਿਆਂ ਦੇ ਘਰ ਆਬਾਦ ਹੋਵੇ, ਰੋਣ ਵਾਲਿਆਂ ਦੀ ਨਸਲ ਆਬਾਦ ਹੋਵੇ, ਰੋਣ ਵਾਲਿਆਂ ਦੇ ਵਿਹੜੇ ਵਸੇ, ਰੋਣ ਵਾਲਿਆਂ ਦੇ ਪੁੱਤਰ ਜੀਵਨ। ਰੋਣ ਵਾਲੇ ਇਸ ਪਾਕ ਗਾਮ ਦੇ ਸਿਵਾ ਦੁਨੀਆਂ ਦੇ ਕਿਸੇ ਗਾਮ ਵਿੱਚ ਨਾ ਰੋਣ। ਰੋਣ ਵਾਲੇ ਦੇ ਆਪਣੇ ਸ਼ਹਿਰ, ਆਪਣੀਆਂ ਬਸਤੀਆਂ, ਆਪਣੀਆਂ ਇਮਾਮ ਬਾੜੀਆਂ ਹੋਣ, ਜਿੱਥੇ ਰੋਣ ਤੋਂ ਰੋਕ ਕੇ ਸਦਕਿਆਂ ਵੀਰਾਂ ਦੀਆਂ ਲਾਸ਼ਾਂ ਤੋਂ ਹੇੜੀ ਚੁੱਪ ਕਰਕੇ ਸ਼ਾਂਤ ਹੋ। ਨੌਜਵਾਨੋ, ਪੁੱਤਰਾਂ ਦੀਆਂ ਲਾਸ਼ਾਂ ਤੇ ਮਾਵਾਂ ਨੂੰ ਕਿਸੇ ਰੋਣ ਨਹੀਂ ਦਿੱਤਾ। ਕਰਬਲਾ ਮਾਵਾਂ ਦੇ ਸਾਹਮਣੇ ਪੁੱਤਰ ਮਾਰੇ ਗਏ ਤੇ ਸ਼ਾਮ ਵਿੱਚ ਪੁੱਤਰ ਦੇ ਸਾਹਮਣੇ ਮਾਵਾਂ ਮਾਰੇ। ਨੋਟ ਫਰਮਾ ਲਓ, ਹਮੇਸ਼ਾ ਵਾਸਤੇ ਨੋਟ ਫਰਮਾ ਲਓ, ਯਾਦ ਰੱਖੋ, ਗੱਲ ਪੱਲੇ ਬੰਨ ਲਓ, ਇੱਕੋ ਹੀ ਹੱਲ ਹੈ ਮਸਲੇ ਦਾ। ਸਾਡਾ ਇਮਾਮ ਆਵੇ, ਸਾਡਾ ਵਾਰਿਸ ਆਵੇ, ਸਾਡੀਆਂ ਬੇਗੁਨਾਹ ਲਾਸ਼ਾਂ ਦਾ ਜਲਦੀ ਤੋਂ ਜਲਦੀ ਹਿਸਾਬ ਲਓ। ਕਾਤਵਾਲਾਂ ਨੇ ਇਸ ਵਾਸਤੇ ਜੋ ਮੋਈਆਂ ਨਹੀਂ ਮਾਰੀਆਂ ਗਈਆਂ ਨੇ ਰਸੂਲ ਦੀਆਂ, ਕਤਲ ਹੋਈਆਂ ਨੇ ਮੁਹੰਮਦ ਦੀਆਂ ਜੀਆਂ, ਵਾਰੇ ਸਾਹਮਣੇ ਸਾਡੀਆਂ ਬੇਗੁਨਾਹ ਲਾਸ਼ਾਂ ਦਾ ਮੁੱਲ। ਇੱਕ ਬਿਮਾਰ ਹੈ ਵਾਸਤਾ, ਬਿਮਾਰੀ ਕਰਬਲਾ ਦੀ ਬਿਮਾਰੀ ਨਾਲ, ਜਿਸ ਬਿਮਾਰ ਵਾਸਤੇ ਹੁਕਮ ਹੋਇਆ ਮੇਰਾ ਮਾਲਿਕ ਜਲਦ ਸੇਵੇ ਕੋਲੀ ਤਾਂ ਸੋਹਣੀ ਜਗ੍ਹਾ ਹੈ ਇਮਾਮ ਬਾਰਗਾਹ ਇਲਤਜਾ ਕਰਨ ਵਾਸਤੇ, ਪਾਕ ਵਿਹੜੇ 'ਚ ਦਰਖਾਸਤ ਕਰਨ ਵਾਸਤੇ। ਇਸ ਤੋਂ ਬਿਹਤਰ ਹੋਰ ਜਗ੍ਹਾ ਹੈ ਕੋਈ ਨਹੀਂ। ਜ਼ਰੂਰ ਮੰਗਿਆ ਕਰੋ ਆਪਣੀਆਂ ਸਾਰੀਆਂ ਦਰਖਾਸਤਾਂ ਗਾਜ਼ੀ ਪਾਕ ਦੇ ਬਾਗ ਬੂਹੇ ਕਰਕੇ। ਮਾਲਿਕ ਨੂੰ ਇਹ ਦੱਸਣਾ ਨੂੰ ਆਬਾਦ ਫਰਮਾਵੇ। ਪਹਿਲੀ ਲਫ਼ਜ਼ ਮਜਲਿਸ ਦੀ ਫਾਲਤੂ ਲਫ਼ਜ਼ ਵੀ ਨਹੀਂ, ਮਜ਼ਹਬੇ ਅਲਬੈ ਵਫਾ ਦਾ ਮਜ਼ਹਬੇ ਇੱਥੋਂ ਬੇਵਫਾਵਾਂ ਨੂੰ ਕੁਝ ਨਹੀਂ ਕਰ। ਇੱਕ ਗੱਲ ਤੇ ਡਾਕਟਰ ਸਾਹਿਬ, ਦੂਸਰੀ ਗੱਲ ਬੜੀ ਕੀਮਤੀ ਹੈ। ਕਾਗਜ਼ ਕਲਮ ਦਬਾ ਚਾਓ ਜਾਂ ਲੋਹੇ ਜ਼ਮੀਨ ਤੇ ਲਿਖ ਲਓ, ਜਿਤਨੀ ਇਸ ਪਾਕ ਵਿਹੜੇ ਨਾਲ ਕਿਸੇ ਦੀ ਵਫਾ ਹੈ ਉਤਨਾ ਵੱਡਾ ਉਹ ਪਰਹੇਜ਼ਗਾਰ, ਉਤਨਾ ਬੜਾ ਉਹ ਤਕੀ ਹੈ, ਉਤਨਾ ਬੜਾ ਉਹ ਸ਼ੀਆ। ਤਵੱਜੋ ਚਾਹੇ ਨਿਹਾਇਤ ਸਿਮਾਨਾ। ਇੱਕ ਬਾਗ ਵਫਾ ਨੂੰ ਡਾਕਟਰ ਸਾਹਿਬ, ਬਚਪਨ ਤੋਂ ਮੈਂ ਇਹਨਾਂ ਮੋਤੀਆਂ ਨੂੰ ਇਕੱਠਾ ਕਰਦਾ ਰਿਹਾ ਕਰਦਾ ਰਿਹਾ, ਅੱਜ ਮੇਰੇ ਕੋਲ ਗੁਲਦਸਤਾ ਬਣ ਗਿਆ। ਔਰ ਉਸ ਬਾਗ ਵਫਾ ਦਾ ਪਾਕ ਨਾਮ ਹੈ ਉਮੇ ਨਵਾ। ਤੁਸੀਂ ਨਹੀਂ ਸੁਣਿਆ ਡਾਕਟਰ ਸਾਹਿਬ, ਡਾਕਟਰ ਨੇ ਮੇਰੀ ਹਾਸ਼ਮ ਦੀ ਸਾਰੀ ਗਰੀਬੀ ਨੂੰ ਇਕੱਠਾ ਕੀਤਾ ਜਾਵੇ ਨਾ, ਉਹ ਪੜਦਾ ਸੋਚ ਰਿਹਾ। ਮੈਂ ਇਹ ਦੁੱਖਾਂ ਤੇ ਦਰਦਾਂ ਦੀ ਬੜੀ ਕਹਾਣੀ ਕਿੱਥੋਂ ਸ਼ੁਰੂ ਕਰਾਂ। ਬੇਕਫਨ ਪੁੱਤਰ ਦੀ ਲਾਸ਼ ਤੇ ਖਲੋਤੀ ਹੈ ਤੇ ਆਦੀ ਤੂੰ ਪਾਣੀ ਮੰਗਦਾ ਮਾਰਾ ਗਿਆ। ਮਾਂ ਬਾਪ ਦਾ ਫਿਕਰ ਦਿਆ, ਹੁਣ ਮੈਂ ਬਾਕੀ ਜ਼ਿੰਦਗੀ ਠੰਡਾ ਪਾਣੀ ਨਾ। ਇਤਨਾ ਤੇ ਖਿਲਾਫੀ ਦਾ ਉਹਦੇ ਥੋੜਾ ਹੱਕ ਬਣਦਾ ਹੈ ਮੇਰੇ ਪਾਸੇ ਦੇਖ। ਕੌਣ ਬੰਦਾ ਹੈ ਜਿਹੜਾ ਮੇਰੇ ਪਾਸੇ ਦੇਖੇ ਔਰ ਮੇਰੀ ਗੱਲ ਸੁਣੇ ਤੇ ਫਿਰ ਰੋਵੇਗਾ, ਫਿਰ ਇਬਾਦਤ ਤੋਂ ਮਹਿਰੂਮ ਹੋ ਜਾਵੇ। ਸੱਚ ਆਉਣਾ ਮੇਰੇ ਨਾਲ ਮਿਲਣਾ ਯਾਦ ਹੁਸੈਨ, ਬੇਪਲਾਣੇ ਉੱਠ ਤੇ ਸਵਾਲ ਹੋ ਗਈ ਅਲੀ ਬਾਦਸ਼ਾਹ ਦੀ ਬਾਤ। ਉੱਠ ਜਾਣਦੇ ਦੇਖਿਆ ਕਿਸੇ ਮਸਦੂਰ ਵਾਸਤੇ ਉੱਠ ਬੜੀ ਨਾਮੁਨਾਸਬ ਸਵਾਲ,
ਤੇ ਗੁਜਰਾਤ ਦਾ ਲਿਓ ਇਸ ਨਾਲੋਂ ਵੀ ਨਾ ਮੁਨਾਸਬ ਹੈ ਤੇ ਹੱਥ ਬੱਧੇ ਹੋਏ ਹੋ ਸਕੀਨਾ ਨਾਲ
بھی انہوں نے طرف سے قبر چوما میں دیتا نشا ساری انہوں نے فرمایا اس قافلے کے پاک پردہ دار یہ جڑے اج شام کو گئے اس قافلے کے پاک پردہ دار کربلا تو ٹر کے واپس کربلا آمن تک ایک رات بھی سوتے لفظ پھر یہ جڑی سات رات من دیتا نشا ساری یہ سات رات کے سات دن جڑے گزرے نے کربلا ایک رات علی دی اتیاں فرمایا سجا دے تے جس دور تے نہیں توڑے ایک رات واسطے تے سانو پیو دی قبر تے لے جا پیتا نشا صاحب فرمایا پھوپھیاں تے ماما دے حکم دی تعمیل کر دیا ہویا میرے چوتھے ماں پھوپھیاں ماما دے نال لے کے نجف تشریف لیا ہے تے پیو دی قبر نال لپٹ لپٹ کے روندیاں رہیاں علی دی نوہاں تے دیا بس ایک کوئی سنتے لیے اے پاک پردہ دار ستم دینے کربلا سجاد امام نے قافلے پاک کے مدینے دے پاس ٹرن دا فرمایا تے پوچھا ہے بڑی پاک ملکہ کو لو پوتھی اما کیا سارا قافلہ تیار ہے دی علی دی کھلوتے امام تو کو کمار کیا دی کوشش تو کافی کی تھی ہے لیکن اصغر دماغ حسین دی قبر تو اٹھ دی نہیں میرے امام آئے ماں اٹھی تیار ہوا نہ پتا رو کیا نہیں میں نے پتا ہے میں زیادہ دیر زندہ نہیں رہنا تو بھوکیا ماما لا لا کے مدینے چلا جا میں نے باقی دن زندگی دے حسین دی قبر تے راوڑ دے امام فرمیندے نے ماں اجے تے چنگا دے بہت جلدی بہت سونا شہر آباد ہو گئے سی اما میں آپ زیارت واسطے تھوڑا نال لے کے آیا کر سا رو کیا نہیں کی ہوا ہے جو جنگا دے میں کسی نے دس میں رکھا ہے کون کدی بھی رو اور شرما کے رو دے ہوئے بچوں کے سجا چھوڑا
آخری گل کراں، سارا علی زین اللہ دین دے ڈیرا وچ رکھیا نال ہاتھ بن کے کھلو گیا، مولا سمجھاتا نہیں کون ہے میرے ماں فرمایا چاچا مختار کدی حرام دے قاتل جانتا ہے کون کمی نہ جڑا میری ماں نو ٹھنڈا پانی نہیں پی منڈے گا، چھان تے نہیں بہن دے گا، سر دے وال نہیں دھوان دے گا۔ مدت گزر گئی ہے چاچا مختار، میرے کسے پردہ دار تن دا لباس تبدیل نہیں۔ ایک دن رہا ایک لمحہ رہا، ساری گل میں مینوں پتا نہیں، باہر ہاتھ ٹرن لگا تے میرے چوک امام رستہ روک کے فرمایا چاچا ہمیں میں شام چڑھ کے آیا، اج میں بھی راضی ہاں تے میرے پردہ دار ہی تینوں دعا منگتے ہوئے مدینے بی بی آنی رسول راضی ہو گئے۔